बिस्मिल्लाहिर्रहमानिर्रहीम अस्सलाम वालेकुम मेरे प्यारे बहन जहाँ मेरे खुश रहो बात रहो हमेशा हंसते मुस्कुराते रहो अल्हम्दुलिल्लाह मैं बिल्कुल ठीक ठाक अतमीन करनी किन्ने मेरे बहन बसन बिल्कुल ठीक ठाक करिए तो उसे ताजा विलाग देना शुरू करने हैं भाई आपे साहब के बेटे आए उन्हें बच्चे जेना माशाल्लाह पढ़ रहे हैं तो अम्मी दवाई लैके जेना असी वापस आ गए बच्चों वास्ते जेना आंडी रोटी की आलू गोभी अज जेना पकाया सालन ते नाल जेना तंदूर दी रोटियां जेना वो वालियां अम्मी ने जेना दुध ना रोटी दी है क्योंकि अम्मी ने जेना सालन पाई डॉक्टर ने जेना रोकया से उन्हें कहा बिल्कुल जेना सालन बाकी अबू जी ने जेना रोटी सालन जेना खा लेगा तो आमना शहजादी ने कहा अज तुसी जेना पढ़ लो कह रही नहीं अज जेना मैं नहीं पढ़नी हाँ ਇੱਥੇ ਜਿਹੜਾ ਖੇਡਦੀ ਪੀ ਹਾਂਜੀ ਤਾਂ ਬੱਤਨ ਜਿਹੜਾ ਨਾ ਸਵੇਰਨ ਕਿਹਾ ਹੈਗਾ ਤੁਸੀਂ ਜਿਹੜਾ ਦੋ ਲੋਕ ਕਿ ਸਵੇਰਨ ਜਿਹੜਾ ਪੜ੍ਹ ਲਿਆ ਮੈਂ ਜਿਹੜਾ ਸਾਲਣ ਬੱਚਿਆ ਸੀ ਮੈਂ ਘੋਲ ਕੜਾਹੀ ਜਿਹੜਾ ਖਾਲੀ ਕਰਕੇ ਦੇ ਦੇਣੀ ਸਾਲਣ ਜਿਹੜਾ ਫਰਿੱਜ ਦੇ ਅੰਦਰ ਜਿਹੜਾ ਰੱਖ ਦੇਣ ਫਿਰ ਸ਼ਾਮ ਨੂੰ ਜਿਹੜਾ ਉਹ ਆਰਾਮ ਨਾਲ ਸ਼ਰਾਬੀ ਚਾਹ ਲੈ ਜਿਹੜਾ ਹਾਂਜੀ ਅਤੇ ਅੱਬੂ ਜੀ ਅਤੇ ਅੰਮੀ ਜੀ ਜਿਹੜਾ ਜਾਣ ਦੀ ਕਰ ਲਈ ਤਿਆਰੀ ਅੱਬੂ ਜੀ ਨੇ ਮੋਟਰਸਾਈਕਲ ਜਿਹੜਾ ਕੱਢ ਰਿਹਾ ਅੱਬੂ ਜੀ ਨਹੀਂ ਲੈ ਕੇ ਆ ਰਹੀਆਂ ਕਿਉਂਕਿ ਜਿਹੜਾ ਫਿਰ ਬੰਦਾ ਅੱਛਾ ਨਹੀਂ ਲੱਗਦਾ ਹੈਗਾ ਹਾਂਜੀ ਅੱਲਾ ਪਾਕ ਖੈਰੀ ਸਲਾਮਤੀ ਲੈ ਜਾਵੇ ਹੈ ਤਾਂ ਸਹੀ ਦੁੱਪ ਚਲੋ ਅੱਲਾ ਪਾਕ ਸੁਣ ਜਿਹੜਾ ਆਸਤਾ ਆਸਤਾ ਹਾਂ ਅੰਮੀ ਠੀਕ ਠਾਕ ਹੋ ਜਾਵੇ ਅੱਲਾ ਖੈਰ ਕਰੀ ਅੱਲਾ ਸੋਹਣਾ ਤਾਂ ਹਾਂ ਦੋ ਲਾਮਨਾ ਅੱਲਾ ਪਾਕ ਸੁਣ ਜਿਹੜਾ ਕਰਮ ਕਰਸੀ ਕਿਉਂਕਿ ਅੱਗੇ ਨਾਲ ਜਿਹੜਾ ਜਿਸ ਤਰ੍ਹਾਂ ਸੁਬਹਾ ਤੰਮੀ ਆਈ ਆਈ ਕਾਫੀ ਸਾਰੇ ਸਮਝ ਲਓ ਜਿਹੜਾ ਘਬਰਾ ਰਹੀ ਆਏ ਤਾਂ ਕਹਿੰਦੀ ਆਈ ਪਤਾ ਨਹੀਂ ਕੀ ਹੋ ਰਿਹਾ ਕੀ ਨਹੀਂ ਹੁਣ ਅੱਲਾ ਪਾਕ ਦਾ ਸ਼ੁਕਰ ਆ ਸੁਬਹਾ ਨਾਲ ਜਿਹੜਾ ਤਬੀਅਤ ਕਿਉਂਕਿ ਜਿਵੇਂ ਹੀ ਦਵਾਈ ਲਈ ਆ ਉੱਥੇ ਹੀ ਦਵਾਈ ਲੈ ਕੇ ਅਤੇ ਅੰਮੀ ਨੇ ਜਿਹੜਾ ਪਾਣੀ ਦਵਾਈ ਜਿਵੇਂ ਲਈ ਆ ਪਾਣੀ ਉੱਥੋਂ ਲੈ ਕੇ ਅੰਮੀ ਨੇ ਉੱਥੇ ਜਿਹੜਾ ਖਾਲੀ ਮੈਦੇ ਜਿਹੜਾ ਦਵਾਈ ਦਿੱਤੀ ਆਈ ਅਤੇ ਅੱਲਾ ਪਾਕ ਦਾ ਸ਼ੁਕਰ ਆ ਸੁਬਹਾ ਨਾਲ ਜਿਹੜਾ ਅੰਮੀ ਦੀ ਥੋੜ੍ਹੀ ਬਹੁਤੀ ਤਬੀਅਤ ਜਿਹੜਾ ਠੀਕ ਹੋ ਗਈ ਹਾਂਜੀ ਤਾਂ ਅੱਬੂ ਤੰਮੀ ਜਿਹੜਾ ਚਲੇ ਗਏ ਨੇ ਬਿੱਲੋ ਦੀ ਅੰਮੀ ਵੀ ਆਇਆ ਬਿੱਲੋ ਦਾ ਅੱਬੂ ਵੀ ਆਇਆ ਬਿੱਲੋ ਦੀ ਅੰਮੀ ਦਾ ਅੱਬੂ ਆਇਆ ਬਿੱਲੋ ਦਾ ਅੱਬੂ ਨਹੀਂ ਆਇਆ ਹੈਗਾ ਅਤੇ ਨਾਲ ਉਹਦਾ ਬਹਿਨ ਉਹ ਹੀ ਆਏ ਨੇ ਮਹਿਮਾਨ ਉਹਦੇ ਲਈ ਅੱਜ ਜਿਹੜਾ ਕਾਫੀ ਸਾਰਿਆਂ ਨੇ ਚੱਲਣੇ ਆ ਚੱਲ ਕੇ ਪੁੱਛਣੇ ਹੁੰਦੀ ਬਹਿਣ ਦਾਲ ਚੱਲ ਕੇ ਕਿਉਂਕਿ ਅੰਮੀ ਔਰ ਅਜੇ ਆਉਣ ਹੀ ਗਏ ਨੇ ਅਤੇ ਮੈਂ ਆ ਕੇ ਚੱਲ ਜਿਹੜਾ ਉਹਨਾਂ ਨੇ ਬੁਲਾ ਲੈਣੀ ਆ ਚੱਲ ਕੇ ਜਿਹੜਾ ਬਿੱਲੋ ਦੀ ਅੰਮੀ ਦਾ ਹੀ ਉਹਦੀ ਭੈਣ ਦਾ ਪੁੱਛ ਲੈਣੀ ਵੀ ਉਹਦਾ ਕਿੰਨਾ ਕੀ ਹਾਲ ਬਿੱਲੋ ਦੀ ਅੰਮੀ ਆਉਂਦਿਆਂ ਲਾ ਹੀ ਨਾ ਝਾੜੂ ਵਗੈਰਾ ਟੋਟਲੀ ਸਾਰਾ ਜਿਹੜਾ ਲਾ ਲੂ ਕੇ ਜਿਹੜਾ ਇੱਥੇ ਤੀਕਰ ਜਿਹੜਾ ਹੁਣ ਲਾ ਰਹੀ ਹੈ ਇਸ ਕਰਕੇ ਅਤੇ ਇੱਥੇ ਜਿਹੜਾ ਬਿੱਲੋ ਰਾਂ ਦੇ ਘਰੇ ਤਾਂ ਮੈਂ ਆਈ ਹਾਂ ਅੱਜ ਜਿਹੜਾ ਬਿੱਲੋ ਦਾ ਨਾਨਾ ਵੀ ਖਾਣਾ ਹੈ ਬਿੱਲੋ ਅਤੇ ਬਿੱਲੋ ਦਾ ਨਾਨਾ ਜਿਹੜਾ ਮੇਰੇ ਆਉਣ ਤੋਂ ਪਹਿਲਾਂ ਪਹਿਲਾਂ ਜਿਹੜਾ ਚਲਾ ਗਿਆ ਭੱਗ ਗਿਆ ਅੱਜ ਕੌਣ ਆਇਆ ਹੀ ਆ ਨਾਨਾ ਆਇਆ ਹੀ ਆ ਪਿਆਰਾ ਲੱਗਦਾ ਹੈ ਕਿਤਨਾ ਨੀਰਾ ਅੱਛਾ ਸ਼ਾਹ ਲੈਂਦੀ ਸੂ ਹੈ ਚਲੋ ਠੀਕ ਹੈ ਬਿੱਲੋ ਰੀ ਜਿਹੜਾ ਇੱਥੇ ਹੀ ਰਹੀਆਂ ਸਿਰਫ ਇਹਨਾਂ ਜਿਹੜਾ ਅੰਮੀ ਗਈ ਆਈ ਕਿਉਂਕਿ ਆਦਿ ਜਿਹੜਾ ਉਹਦੀ ਭੈਣ ਤਬੀਅਤ ਠੀਕ ਆਈ ਬਿੱਲੋ ਵੀ ਇੱਥੇ ਆਈ ਸਾਰੇ ਟੋਟਲੀ ਸਿਰਫ ਜਿਹੜਾ ਉਸਮਾਨ ਅਲੀ ਜਿਹੜਾ ਉਹ ਬਿੱਲੋ ਦੀ ਅੰਮੀ ਦੇ ਜਿਹੜਾ ਨਾਲ ਹਾਂਜੀ ਤਾਂ ਇੱਥੇ ਜਿਹੜਾ ਅੰਮੀ ਔਰ ਪਹੁੰਚੀ ਹੈ ਮੈਂ ਫਿਰ ਸੁਬਹਾ ਇੱਕ ਵਾਰੀ ਆਈ ਆ ਸੋ ਉਸ ਤੋਂ ਬਾਅਦ ਜਿਹੜੇ ਸੈਡਲ ਆਈ ਕੋਈ ਨਹੀਂ ਮੈਂ ਚੱਲਣੀ ਹਾਂ ਚੱਲ ਕੇ ਅੰਮੀ ਔਰ ਜਿਹੜਾ ਫੇਰਾ ਮਾਰ ਰਹੀ ਹਾਂ ਅਤੇ ਅਲੀ ਰਜ਼ਾ ਦੀ ਸਿਸਟਰ ਜਿਹੜਾ ਅੰਮੀ ਨੂੰ ਹਾਂਡੀ ਰੋਟੀ ਜਿਹੜਾ ਕਰਕੇ ਦੇ ਰਹੀ ਕਿਉਂਕਿ ਸਾਲਣ ਜਿਹੜਾ ਉਹ ਉੱਤੇ ਰੱਖਿਆ ਹੋਇਆ ਅਤੇ ਜਿਹੜਾ ਕਿਉਂਕਿ ਅੱਜ ਜਿਹੜਾ ਪਾਈ ਹੋਈ ਸ਼ਹਿਰ ਗਏ ਉਹਨੂੰ ਗੋਸ਼ਤ ਲੈ ਆਉਣ ਮਾਸ਼ਾਅੱਲਾ ਅਤੇ ਆਟਾ ਦੇਣਾ ਇੱਥੇ ਜਿਹੜਾ ਬਾਹਰ ਆਈਆਂ ਬਾਜੀ ਔਰ ਜਿਹੜਾ ਮਹਿਮਾਨ ਆਏ ਉਹਨੇ ਰਕਸ਼ੇ 'ਤੇ ਰਕਸ਼ਾ ਉਹਨਾਂ ਨੇ ਬਾਈ ਔਰ ਨਵਾਂ ਲਿਆ
ਤੇ ਆਪਣੇ ਜਿਹੜਾ ਕਾਰੋਬਾਰ ਜਿਹੜਾ ਦੱਸ ਰਹੇ ਨੇ ਬਾਜੀ ਹੋਰਾਂ ਨੂੰ, ਮਾਸ਼ਾਅੱਲਾ ਜਿਹੜਾ ਕਾਫੀ ਸਾਰੀ ਬੱਚਤ ਹੋ ਜਾਂਦੀ ਆ ਬਿਲਕੁਲ। ਅਗਰ ਜਿਹੜਾ ਇਸ ਤਰ੍ਹਾਂ ਦਾ ਰਕਸ਼ਾ ਜਿਹੜਾ ਆਪਣਾ ਹੋਵੇ ਨਾ, ਤੇ ਬੰਦੇ ਨੇ ਜਿਹੜਾ ਬਲਕਿ ਜਿਹੜਾ ਮੋਟਰਸਾਈਕਲ ਚਲਾਉਂਦਾ ਹੋਵੇ ਉਹਨੂੰ ਜਿਹੜਾ ਰਕਸ਼ਾ ਚਲਾਉਣਾ ਜਿਹੜਾ ਈਜ਼ੀ ਹੈਗਾ, ਤੇ ਲੋੜ ਵਾਸਤੇ ਬੰਦਾ ਜਿਹੜਾ ਜਾਂ ਬੱਚਿਆਂ ਨੂੰ ਲੈ ਕੇ ਜਿਹੜਾ ਸਕੂਲ ਜਾਣ ਆਉਣ ਵਾਸਤੇ ਜਿਹੜਾ ਪੂਰਾ ਮਹੀਨਾ ਬੰਦਾ ਜਿਹੜਾ ਉਹ ਵੀ ਲਾ ਸਕਦਾ ਹੈਗਾ, ਕਾਫੀ ਸਾਰਾ ਕਾਰੋਬਾਰ ਬਣ ਸਕਦਾ ਹੈਗਾ ਅਗਰ ਜਿਹਦੇ ਕੋਲ ਜਿਹੜਾ ਰਕਸ਼ਾ ਹੋਵੇ। ਤੇ ਬਾਈ ਹੋਰਾਂ ਨੇ ਹੁਣੀ ਜਿਹੜਾ ਨਵਾਂ ਨਵਾਂ ਲਿਆ ਹੈਗਾ ਰਕਸ਼ਾ, ਇੱਥੇ ਉੱਤੇ ਜਿਹੜਾ ਬਾਜੀ ਹੋਰਾਂ ਦੀ ਉਹਦੇ ਜਿਹੜਾ ਰੂਹ ਹੀ ਹੈਗੀ ਸੀ ਜਿੱਦੇ ਬਾਜੀ ਹੋਰਾਂ ਨੇ ਆਪਣੀ ਜਿਹੜਾ ਬੇਟੀ ਵਿਆਹੀ ਹੋਈ ਹੈ, ਤੇ ਉਹ ਰੂਹ ਜਿਹੜਾ ਇੱਥੇ ਜਿਹੜਾ ਪਹੁੰਚਾਉਣ ਆਏ ਨੇ, ਤੇ ਹੁਣ ਜਿਹੜਾ ਅੰਦਰ ਕੋਈ ਚਾਹ ਪਾਣੀ ਜਿਹੜਾ ਪੀ ਰਹੇ ਨੇ। ਤੇ ਬੱਕਰੀਆਂ ਜਿਹੜਾ ਅੱਜ ਬੜੀਆਂ ਖੁਸ਼ ਨੇ, ਅੱਜ ਜਿਹੜਾ ਪੱਠੇ ਬੜੇ ਖੁੱਲ੍ਹੇ ਸ਼ਾਇਦ ਅਲੀ ਨੇ ਪਾਏ ਨੇ ਬਿਲਕੁਲ ਜਿਹੜਾ ਛੋਟੇ ਛੋਟੇ, ਨਾਲੇ ਜਿਹੜਾ ਹਰੇ ਕਾਫੀ ਸਾਰੇ ਨੇ, ਮੱਝਾਂ ਹੀ ਬੜਾ ਖੁਸ਼ ਹੋ ਕੇ ਜਿਹੜਾ ਖਾ ਰਹੀਆਂ ਨੇ। ਬਿੱਲੋ ਹੋਰਾਂ ਦੀ ਬੱਕਰੀ ਉਹ ਸਾਹਮਣੇ ਦਾਨ 'ਤੇ ਪਹੁੰਚੀ ਖਲੋਤੀ, ਸਾਈਡਾਂ 'ਤੇ ਸਾਰੀ ਟੋਟਲੀ ਜਿਹੜਾ ਹਰਿਆਲੀ ਹੈ। ਮੰਮੀ ਜੀ ਸਮਝ ਲਓ ਜਿੰਨਾ ਉੱਧਰ ਘਰਾਂ ਦੀ ਬੈਕ ਸਾਈਡ 'ਤੇ ਸੀ, ਅਤੇ ਹੁਣ ਜਿੰਨਾ ਕਹਿ ਰਹੀ ਹਨ ਕਿ ਸੁਬਹ ਦੀ ਜਿੰਨਾ ਥੋੜ੍ਹੀ ਥੋੜ੍ਹੀ ਪੇਟ 'ਚ ਦਰਦ ਸੀ, ਅਤੇ ਹੁਣ ਕਹਿ ਰਹੀ ਹਨ ਕਿ ਜਿੰਨਾ ਕਾਫੀ ਜ਼ਿਆਦਾ ਜਿੰਨਾ ਦਰਦ ਹੋ ਰਹੀ ਪੇਟ 'ਚ। ਮੰਮੀ ਜੀ ਤੁਸੀਂ ਮੈਂ ਤਾਂ ਕਹਿੰਦਾ ਆ ਜਾਓ ਚਲੀਏ ਡਾਕਟਰ ਕੋਲ, ਹਾਂ ਕਿਉਂਕਿ ਜਿੰਨਾ ਅੰਮੀ ਜੀ ਕਹਿ ਰਹੇ ਹਨ ਬਿਲਕੁਲ ਜਿੰਨਾ ਨਾ ਹੀ ਚੱਲਿਆ ਜਾਂਦਾ, ਫਿਰ ਮੋਟਰਸਾਈਕਲ 'ਤੇ ਅਗਰ ਬੈਠਿਆ ਹੀ ਨਹੀਂ ਜਾ ਰਿਹਾ ਕਿਉਂਕਿ ਜਿੰਨਾ ਹੋਵੇ ਵਗੈਰਾ ਲੱਗਣਗੇ, ਅਤੇ ਜਿੰਨਾ ਕਾਫੀ ਜ਼ਿਆਦਾ ਜਿੰਨਾ ਦਰਦ ਹੋਵੇਗੀ। ਅਤੇ ਹਾਂ ਅੰਮੀ ਜੀ ਪੇਟ ਦਰਦ ਹੋ ਰਹੀ ਤਾਂ ਕਹਿ ਰਹੀ ਹਨ ਥੋੜ੍ਹੀ ਦੇਰ 'ਚ ਕਰ ਜਾਵਾਂਗੇ। ਉਹ ਕਹਿ ਰਹੀ ਚੱਲਿਆ ਨਹੀਂ ਜਾ ਰਿਹਾ, ਹਾਂ ਅੱਬੂ ਜੀ ਬਿਲਕੁਲ ਠੀਕ ਗੱਲ ਹੈ, ਅਗਰ ਸ਼ਾਮ ਹੋ ਗਈ ਜਾਂ ਰਾਤ ਹੋ ਗਈ ਫਿਰ ਤਾਂ ਮੈਂ ਕੁਝ ਹੀ ਨਹੀਂ ਬਣ ਆਉਣਾ, ਫਿਰ ਡਾਕਟਰ ਨੂੰ ਇੱਥੇ ਬੁਲਾ ਲਈ ਅਗਰ ਆ ਜਾਵੇ ਤਾਂ। ਹਾਂ ਠੀਕ ਹੈ ਮੈਂ ਅੱਬੂ ਜੀ ਕਰ ਲੈਂਦਾ ਡਾਕਟਰ ਨੰਬਰ ਹੈ, ਨੰਬਰ ਪੁੱਛ ਲਓ ਜੋ ਆ ਜਾਂਦਾ ਤਾਂ ਠੀਕ ਹੈ, ਹਾਂ ਚਲੋ ਵੇਖ ਲੈਂਦਾ। ਹਾਂਜੀ ਅਤੇ ਡਾਕਟਰ ਜਿੰਨਾ ਕਾਲ ਕੀਤੀ ਲੇਕਿਨ ਜਿੰਨਾ ਚਾਚੂ ਡਾਕਟਰ ਕਹਿ ਰਹੇ ਨੇ ਕਿ ਜਿੰਨਾ ਮੈਂ ਨਹੀਂ ਆ ਸਕਦਾ, ਤੁਸੀਂ ਜਿੰਨਾ ਉੱਥੇ ਕਲੀਨਿਕ 'ਤੇ ਜਿੰਨਾ ਆ ਜਾਓ। ਓਏ ਬੇਟਾ ਐਵੇਂ ਗੱਲ ਹੈ ਜਿਹੜਾ ਨਾ ਉਹਨਾਂ ਦਾ ਵੀ ਤੈਨੂੰ ਆਪ ਨੂੰ ਪਤਾ, ਕੋਈ ਮਰੀਜ਼ ਆਇਆ ਕੋਈ ਗਏ ਮੁੜ ਅਗਲਾ, ਹਾਂ ਫਿਰ ਇਹ ਵੀ ਅੱਬੂ ਜੀ ਸ਼ਾਮ ਅੱਗੇ ਹੋਈ ਖੜੀ ਉਹਨੂੰ ਇੱਥੇ ਲੇਟ ਹੋ ਜਾਵੇ, ਹਾਂ ਸੂਰਜ ਇੰਨਾ ਗਰੂਬ ਹੋਣ ਵਾਲਾ। ਅਤੇ ਅੰਮੀ ਤੁਸੀਂ ਆਖੋ ਜੇ ਮੇਰੇ ਤੱਕ ਹੀ ਨਹੀਂ ਲੱਗਦੀ ਵੀ ਉਹ ਚਲੀ ਜਾਵੇ ਮੋਟਰਸਾਈਕਲ 'ਤੇ ਨਾਲ, ਉਸ ਵੇਲੇ ਚੱਬੂ ਜੀ ਨਾ ਜ਼ਿਆਦਾ ਹੁੰਦੇ ਪੇਟ ਇੱਧਰ ਦੋ ਰਹੀ ਅਤੇ ਉਹ ਜਿੰਨਾ ਹੁੰਦੇ ਕੋਲ ਮੋਟਰਸਾਈਕਲ 'ਤੇ ਸਮਝ ਲਓ ਚੱਲਿਆ ਹੀ ਨਹੀਂ ਜਾ ਰਿਹਾ, ਉੱਠਿਆ ਹੀ ਨਹੀਂ ਜਾ ਰਿਹਾ ਇਸ ਵਜ੍ਹਾ ਤੋਂ। ਕਹਿ ਰਿਹਾ ਬੇਟਾ ਕਹਿ ਰਿਹਾ ਵੀ ਜਿਹੜਾ ਨਾ ਤੁਸੀਂ ਜਿਹੜਾ ਨਾ ਅਲਟਰਾਸਾਊਂਡ ਕਰਾ ਲਓ, ਪੱਥਰੀਆਂ ਕੀ ਵਜ੍ਹਾ ਵੀ ਕਿਉਂ ਪੇਟ ਪੀੜ ਯਕਦਮ ਪਾ ਜਾਂਦੀ ਜਾਂ ਕੀ ਵਜ੍ਹਾ, ਹਾਂ ਦੀ ਮਰਜ਼ੀ ਕਰਨੀ ਜਿਵੇਂ ਦਿਲ ਕਰ। ਲੇਕਿਨ ਇਸ ਵਾਰੀ ਜਿੰਨਾ ਹੁਣ ਅੰਮੀ ਜੀ ਦੀ ਆਪਾਂ ਜਿੰਨਾ ਨਹੀਂ ਮੰਨਣੀ ਅਤੇ ਜ਼ਰੂਰ ਜਿੰਨਾ ਅੰਮੀ ਜੀ ਦਾ ਸਾਰਾ ਜਿੰਨਾ ਕਰਾਉਣਾ ਚੈੱਕਅਪ ਵਗੈਰਾ ਜਿੰਨਾ ਕਰਾਵਾਂਗੇ। ਬੇਟਾ ਆਖਿਆ ਮੈਂ ਕਿੰਨੀ ਵਾਰੀ ਗਿਆ ਨਾਲ, ਕਿਤਨੀ ਵਾਰੀ ਆਖਿਆ ਬਾਈ ਜਾ ਜਿਸ ਆ ਉਸ ਵੇਲੇ ਮੈਂ ਆਖਿਆ ਮੈਂ ਕਿਹਾ ਹੁਣ ਤਾਂ ਮੌਕਾ ਜਿਹੜਾ ਨਾ ਵਿਹਲੇ ਫਿਰਨੇ ਆ, ਹਾਂਜੀ ਅੱਗੇ ਪਿੱਛੇ ਆਉਂਦੇ ਹਾਂ ਮੱਕੇ ਇੱਥੇ ਜਿਹੜਾ ਨਾ ਤੁਸੀਂ ਜਿਹੜਾ ਨਾ ਚੈੱਕ ਕਰਵਾ ਲਓ, ਹਾਂਜੀ ਅਤੇ ਇਨਸ਼ਾਅੱਲਾ ਅੱਬੂ ਜੀ ਹੁਣ ਕੋਸ਼ਿਸ਼ ਕਰਨਾ ਸਾਈ ਵਾਲੂ ਦਿਖਾਵਾਂਗੇ। ਹਾਂਜੀ ਜਿਹੜੇ ਡਾਕਟਰ ਕੋ ਅੱਬੂ ਜੀ ਪਹਿਲੇ ਲੈਂਦੇ ਸੀ ਨਾ ਉਹ ਜਦੋਂ ਲੱਤ ਨੂੰ ਮਸਲਾ ਸੀ ਉਹਦੇ ਕੋਲੋਂ ਹੀ ਲੈ ਲਵਾਂਗੇ, ਹਾਂ ਉਹ ਹੀ ਅੱਛਾ ਡਾਕਟਰ ਹੈਗਾ, ਜਾਂ ਫਿਰ ਜਿੱਥੋਂ ਮਾਮੂ ਇਜਾਜ਼ ਵਾਸਤੇ ਲਈ ਹੈ ਨਹੀਂ ਦਵਾਈ ਉੱਥੋਂ ਲੈ ਲਵਾਂਗੇ, ਜਿੱਥੋਂ ਮੁਨਾਸਿਬ ਲੱਗਾ ਫਿਰ ਉਹ ਤਾਂ ਲੈ ਲਵਾਂਗੇ। ਹਾਂਜੀ
ਅੱਲਾ ਸ਼ਫਾ ਦੇਵੇ ਤੇ ਬਿਲਕੁਲ ਜਿਹੜੇ ਨਾ ਹਾਂਜੀ ਸਮਝ ਲਓ ਪਹਿਲੇ ਅਗਰ ਪਤਾ ਹੁੰਦਾ ਨਾ ਅੰਮੀ ਜੀ ਪੇਟ ਇੱਧਰ ਆ ਦੋਰੀ ਸਮਝ ਲਓ ਛੋਟੀ ਛੋਟੀ ਅਗਰ ਉਹਨੂੰ ਜਿੰਨਾ ਤਬੀਅਤ ਹੀ ਖਰਾਬ ਹੋਵੇ ਜਾਂ ਫਿਰ ਜਿੰਨਾ ਕੋਈ ਮਸਲਾ ਵੀ ਹੋਵੇ ਨਾ ਫਿਰ ਜਿੰਨਾ ਬਿਲਕੁਲ ਨਹੀਂ ਦੱਸਦੀ ਜਿੱਦਾਂ ਜਿੰਨਾ ਜ਼ਿਆਦਾ ਵੱਡਾ ਮਸਲਾ ਨਾ ਬਣ ਜਾਵੇ ਹੁਣ ਕਹਿ ਰਹੀਆਂ ਕਿ ਜਿੰਨਾ ਸੁਬਹ ਤੂੰ ਥੋੜ੍ਹੀ ਥੋੜ੍ਹੀ ਦੇਰ ਸੀ ਮੈਂ ਕਿਹਾ ਅੰਮੀ ਤੁਸੀਂ ਜਿੰਨਾ ਸੁਬਹ ਹੀ ਦੱਸ ਦੇਣਾ ਸੀ ਸੁਬਹ ਹੀ ਆਪਾਂ ਡਾਕਟਰ ਕੋਲ ਵਗ ਜਾਣਾ ਹਾਂ ਉੱਥੇ ਹੀ ਆਪਦਾ ਚੈੱਕਅਪ ਕਰਾ ਸਕਦੀ ਹੈ ਹਾਂ ਉੱਥੇ ਹੀ ਬਿਲਕੁਲ ਜਾਣਾ ਕਿਤਨੀ ਵਾਰੀ ਆਖਣਾ ਮੋਰਾ ਟੱਟ ਕੇ ਉਹ ਤੁਸੀਂ ਨਹੀਂ ਲੈ ਜਾਂਦੇ ਨੇ ਮੈਂ ਨਹੀਂ ਜਾਂਦੀ ਹਾਂ ਆਹੋ ਇੰਝ ਜਿਹੜਾ ਨਾ ਇੱਕ ਦੂਜੇ 'ਤੇ ਇਲਜ਼ਾਮ ਲਾਏ ਰੱਖੀ ਮੈਂ ਤੋਂ ਉਹ ਅੱਛੇ ਨਹੀਂ ਹੁੰਦੇ ਬੰਦਾ ਜਿਹੜਾ ਨਹੀਂ ਉਹ ਜੀ ਗੱਲ ਦਾ ਜਿਹੜਾ ਨਾ ਚੈੱਕ ਲਾਜ਼ਮੀ ਕਰਵਾਉਣਾ ਚਾਹੀਦਾ ਡਾਕਟਰਾਂ ਨੂੰ ਜਿਹੜਾ ਹਾਂ ਅੱਬੂ ਜੀ ਠੀਕ ਹੈ ਜ਼ਰੂਰੀ ਕੰਮ ਹੈ ਅਤੇ ਜਿਹੜਾ ਨਾ ਇਸੇ ਨਾਲ ਜਿਹੜਾ ਨਾ ਤੁਰਨ ਫਿਰਨ ਜਾਂ ਇਹ ਗੱਲਾਂ ਜਿਹੜਾ ਨੇ ਇਤਨੀਆਂ ਜਿਹੜਾ ਨੇ ਅਗਾਂਹ ਅਗਾਂਹ ਜਿਹੜਾ ਨੇ ਮਰਦਾਂ ਇਸੇ ਤਰ੍ਹਾਂ ਹੀ ਵੱਧ ਜਾਂਦੀਆਂ ਜੇ ਪਹਿਲੇ ਬੰਦਾ ਚੈੱਕ ਕਰਵਾਈ ਰੱਖੇ ਤਾਂ ਉਹ ਨਹੀਂ ਠੀਕ ਹੈ ਹਾਂ ਬਿਲਕੁਲ ਠੀਕ ਹੈ ਕਿਉਂਕਿ ਛੋਟੀ ਛੋਟੀ ਅਗਰ ਜਿੰਨਾ ਇਵੇਂ ਬਿਮਾਰੀਆਂ ਵੱਧ ਕੇ ਜਿੰਨਾ ਕਾਫੀ ਵੱਡੀਆਂ ਬਿਮਾਰੀਆਂ ਬਣ ਜਾਂਦੀਆਂ ਔਰ ਇਸ ਵਾਰੀ ਤੰਮੀ ਜੀ ਜਿੰਨਾ ਕਾਫੀ ਯਾਨੀ ਕਿ ਮੇਰਾ ਖਿਆਲ ਹੈ ਉਹਦੇ ਅੰਮੀ ਹੋਰਾਂ ਲੱਗਈ ਹੋਈ ਹੈ ਹਾਂ ਉੱਧਰ ਗਈ ਹੋਈ ਸੀ ਮੈਂ ਉੱਧਰ ਬਸ ਗਿਆ ਸੀ ਅੰਮੀ ਜੀ ਨੂੰ ਬੁਲਾਉਣ ਅੱਛਾ ਅਤੇ ਉੱਥੇ ਕਹਿ ਰਹੀਆਂ ਸੀ ਪੇਟ ਜਿੰਨਾ ਕਾਫੀ ਦਰਦ ਹੋ ਰਹੀ ਫਿਰ ਮੈਂ ਅੰਮੀ ਜੀ ਨੂੰ ਇੱਥੇ ਲਿਆਂਦਾ ਨਾ ਤੇ ਫਿਰ ਉਹਨਾਂ ਕੁਛ ਕਹਿ ਰਹੀਆਂ ਸੁਬਹ ਦੀ ਦਰਦ ਹੋ ਰਹੀ ਹੈ ਮੱਝ ਹੋ ਰਿਹਾ ਨਾ ਤੇ ਮੱਖਾ ਜਿਹੜਾ ਨਾ ਬੇਗਮ ਸਾਹਿਬ ਨੂੰ ਕੋਈ ਜਿਹੜਾ ਨਾ ਵਜ੍ਹਾ ਹੈ ਅੱਜ ਮੋੜ ਜਿਹੜਾ ਨਾ ਕੋਈ ਤਕਲੀਫ ਜਾਂ ਕੋਈ ਵਜ੍ਹਾ ਹੈ ਸੋ ਜਿਹੜਾ ਨਾ ਹਾਂਜੀ ਜਲਦੀ ਜਲਦੀ ਜਿਹੜਾ ਨਾ ਮੰਮਾ ਸਾਹਿਬ ਨੇ ਕਿਹਾ ਤੁਸੀਂ ਇੰਝ ਕਰੋ ਨਾ ਆਪਾਂ ਜਿਹੜਾ ਨਾ ਵਿਲਾਗ ਮੋੜ ਹੀ ਬਣਾ ਲਿਆ ਵਿਲਾਗ ਰਹਿ ਵੀ ਗਿਆ ਕੋਈ ਜਿਹੜਾ ਨਾ ਮਸਲਾ ਨਹੀਂ ਤੇ ਆਪਾਂ ਜਿਹੜਾ ਨਾ ਹਾਂ ਇੱਕ ਤਾਂ ਮੀ ਜਿੰਨਾ ਵਲੌਗ ਦੀਆਂ ਜਿੰਨਾ ਕਾਫੀ ਟੈਨਸ਼ਨ ਲੈ ਜਾਂਦੀਆਂ ਨੇ ਹੁਣ ਕਹਿ ਰਹੀਆਂ ਸੀ ਮੈਨੂੰ ਜਿੰਨਾ ਕੁਝ ਨੇ ਤੁਸੀਂ ਜਿੰਨਾ ਵਲੌਗ ਚਲੋ ਜਿੰਨਾ ਥੋੜਾ ਬਹੁਤ ਬਣਾ ਲਓ ਹਾਂਜੀ ਇੱਕ ਤਾਂ ਜਿੰਨਾ ਹਾਂਜੀ ਟੈਨਸ਼ਨ ਹੀ ਅਮੀ ਲੈ ਜਾਂਦੀਆਂ ਨੇ ਲੇਕਿਨ ਜਿੰਨਾ ਸੁਬਹ ਅਗਰ ਦਿਖਾ ਲੈਂਦੇ ਨਾ ਅੱਬੂ ਜੀ ਫਿਰ ਠੀਕ ਸੀ ਬਿਲਕੁਲ ਹਾਂ ਕਿਉਂਕਿ ਡਾਕਟਰ ਜਿੰਨਾ ਕੋਈ ਗੋਲੀ ਵਗੈਰਾ ਜਿੰਨਾ ਦਿੰਦਾ ਅਤੇ ਕੋਈ ਮੈਡੀਸਨ ਜਿੰਨਾ ਦਿੰਦਾ ਉਹਦੇ ਨਾਲ ਸ਼ਾਇਦ ਜਿੰਨਾ ਇੰਨੀ ਜਿੰਨਾ ਗੱਲ ਨਹੀਂ ਵਿਗੜੀ ਸੀ ਜੀ ਬਿਲਕੁਲ ਜਿੰਨਾ ਜੰਗਲ ਟਾਈਪ ਬਣ ਗਿਆ ਸੀ ਅਗਰ ਲਾ ਦਿੱਤੀਆਂ ਤੇ ਠੀਕ ਹੀ ਹੋ ਗਿਆ ਹਾਂਜੀ ਚਲੋ ਆ ਜਾਓ ਫਿਰ ਥੱਲੇ ਚੱਲੇ ਅੰਮੀ ਜੀ ਪੁੱਛਣੇ ਅਗਰ ਹੁਣ ਠੀਕ ਹੋਈ ਨਾ ਹਾਂ ਝਾੜੂ ਝੂੜੂ ਜਿੰਨਾ ਦੇਣ ਨਾਲ ਆ ਥੱਲੇ ਚੱਲਦੇ ਹਾਂ ਫਿਰ ਅੰਮੀ ਜੀ ਪੁੱਛਣੇ ਹੁਣ ਜਿੰਨਾ ਡਾਕਟਰ ਕੋਲ ਚੱਲਦੇ ਹਾਂ ਹਾਂਜੀ ਅਤੇ ਕਾਫੀ ਜਿੰਨਾ ਦੇਰ ਹੋ ਗਈ ਅਤੇ ਅੰਮੀ ਜੀ ਹੁਣ ਜਿਹੜੇ ਕਹਿ ਰਹੇ ਥੋੜ੍ਹਾ ਬਹੁਤਾ ਜਿੰਨਾ ਹਾਂ ਤੁਸੀਂ ਗੱਲ ਨਾ ਕਰੋ ਤੁਸੀਂ ਜਿੰਨਾ ਆਰਾਮ ਕਰ ਲਓ ਹਾਂ ਅੱਬੂ ਜੀ ਜੇ ਅੱਬੂ ਜੀ ਅਤੇ ਜਿੰਨਾ ਅੰਮੀ ਜੀ ਜਾ ਰਹੀਆਂ ਨੇ ਠੀਕ ਫਿਰ ਜਿੰਨਾ ਤੁਸੀਂ ਚਲੇ ਜਾਓ ਮੈਂ ਜਿੰਨਾ ਇੱਥੇ ਗਾਰ ਹੀ ਰੁਕਣਾ ਲੇਕਿਨ ਅੰਮੀ ਜੀ ਤੁਸੀਂ ਜਿੰਨਾ ਸ਼ਹਿਰ ਹੋਣ ਜਿੰਨਾ ਜ਼ਰੂਰ ਦਿਖਾਉਣਾ ਹੈ ਮੈਂ ਅਲਟਰਾਸਾਊਂਡ ਜਿੰਨਾ ਕਰਸਾਂ ਕਿਉਂਕਿ ਅੱਗੇ ਦਰਦ ਹੁੰਦੀ ਆਈ ਲੇਕਿਨ ਜਿੰਨ ਅੱਜ ਤਾਂ ਨਿਠਾ ਨਾ ਕੋਈ ਨਾ ਕਿਉਂਕਿ ਅੰਮੀ ਹੋਰ ਨਾਲ ਬੈਠੀ ਆ ਸੀ ਅਤੇ ਉਵੇਂ ਜਿੰਨ ਬਾਜੀ ਹੋਰਾਂ ਨੇ ਆਈਆਂ ਤਾਂ ਉਸ ਵਕਤ ਜਿੰਨ ਬਹੁਤ ਜ਼ਿਆਦਾ ਉੱਥੇ ਮੈਂ ਮੰਜਿਤ ਜਿੰਨ ਬਹਿ ਗਈ ਉੱਥੇ ਜਿੰਨ ਫਿਰ ਮੰਮਾ ਸਾਹਿਬ ਨੇ ਮੈਨੂੰ ਬੁਲਾਇਆ ਚੱਲ ਆ ਜਾਓ ਹਾਂਜੀ ਅਤੇ ਅੱਬੂ ਜੀ ਨੇ ਜਿੰਨਾ ਮੋਟਰਸਾਈਕਲ ਕੱਢ ਲਿਆ ਤਾਂ ਅੰਮੀ ਜੀ ਨੇ ਹੁਣ ਮੰਮਾ ਅੰਮੀ ਜੀ ਆ ਜਾਓ ਅੰਬੂ ਜੀ ਮੋਟਰਸਾਈਕਲ ਜਿੰਨਾ ਕੱਢ ਲਿਆ ਜੁੱਤੀ ਮੈਂ ਦਿਓ ਜਿੰਨਾ ਹਾਂ ਜੁੱਤੀ ਜਿੰਨਾ ਅੰਮੀ ਜੀ ਪਾ ਲਈ ਆ ਜਾਓ ਮੰਮਾ ਸਹਿਣਾ ਚਾਹਣਾ ਤਬੀਅਤ ਖਰਾਬ ਹੋਈ ਤੁਹਾਨੂੰ ਅੰਮੀ ਜੀ ਕਹਿੰਦਾ ਵੀ ਸੀ ਜਦੋਂ ਜਿੰਨਾ ਥੋੜ੍ਹੀ ਜਿਹੀ ਵੀ ਅਗਰ ਕੁਝ ਹੋਵੇ ਨਾ ਬਤਾ ਦਿੱਤਾ ਕਰੋ ਆ ਜਾਓ ਅੱਬੂ ਜੀ ਫਿਰ ਚੱਲਿਆ ਚਲੇ ਜਾ ਸਕੀ ਹੋਰ ਕਿਸੇ ਨੂੰ ਦੇ ਦਵਾ
ਹਾਂ ਨਹੀਂ ਤਾਂ ਇੱਥੋਂ ਜਿੰਨਾ ਚਾਚੀ ਜੀ ਨੂੰ ਬੁਲਾ ਲਈਏ। ਚਲੋ ਅੰਮੀ ਜੀ ਉਹਦੀ ਜਿੰਨਾ ਡਾਕਟਰ 'ਤੇ ਚੱਲੀਆਂ ਗਈਆਂ ਹੁਣ ਜਿੰਨਾ ਆਉਂਦੀਆਂ ਨੇ ਫਿਰ ਪਤਾ ਚੱਲਦਾ ਹੈ ਕਿ ਜਾ ਡਾਕਟਰ ਨੇ ਜਿੰਨਾ ਕੀ ਦੱਸਿਆ। ਸਮਝ ਲਓ ਜਿੰਨਾ ਅਚਾਨਕ ਹੀ ਪਰੇਸ਼ਾਨੀ ਬਣੀ ਅਤੇ ਅੱਜ ਦਾ ਵਿਲਾਗ ਜਿੰਨਾ ਬਿਲਕੁਲ ਜਿੰਨਾ ਹੁਣ ਤੁਹਾਨੂੰ ਜਿੰਨਾ ਜਿਵੇਂ ਹੀ ਹੁੰਦਾ ਪਰੇਸ਼ਾਨੀ ਹੋਵੇ, ਖੁਸ਼ੀ ਹੋਵੇ, ਗਮੀ ਹੋਵੇ, ਜੋ ਵੀ ਹੋਵੇ ਤੁਹਾਡੇ ਨਾਲ ਜਿੰਨਾ ਅਸੀਂ ਸ਼ੇਅਰ ਕਰਨਾ ਹੈ। ਅਤੇ ਅੱਜ ਜਿੰਨਾ ਅੰਮੀ ਜੀ ਵਾਸਤੇ ਤੁਸੀਂ ਸਾਰੇ ਭੈਣ ਭਾਈ ਜਿੰਨਾ ਦੁਆ ਜਿੰਨਾ ਜ਼ਰੂਰ ਕਰਨੀ ਅੰਮੀ ਜੀ ਜਿੰਨਾ ਜਲਦ ਤੋਂ ਜਲਦ ਜਿੰਨਾ ਤੰਦਰੁਸਤ ਹੋ ਜਾਵੇ। ਸੂਰਜ ਵੀ ਜਿੰਨਾ ਗਰੂਬ ਹੋ ਗਿਆ, ਸਮਝ ਲਓ ਜਿੰਨਾ ਇੱਥੋਂ ਹੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਪਹਿਲੇ ਜਿੰਨਾ ਸੂਰਜ ਕਾਫੀ ਇੱਥੇ ਖੜ੍ਹਾ ਹੋਇਆ ਸੀ, ਹੁਣ ਜਿਹਨੇ ਸੂਰਜ ਚਲਾ ਗਿਆ ਅੰਮੀ ਜੀ ਨੇ ਆਰਾਮ ਕੀਤਾ। ਤਾਂ ਜਿੰਨਾ ਕਹਿ ਰਹੀ ਹਨ ਕਿ ਕੁਝ ਜਿੰਨਾ ਆਰਾਮ ਹੈ ਤਾਂ ਜਿੰਨਾ ਡਾਕਟਰ ਕੋਲ ਜਾਂਦੇ ਹਾਂ। ਪਹਿਲੇ ਜਿੰਨਾ ਕਾਫੀ ਸੀ ਜਿਵੇਂ ਜਿੰਨਾ ਮੈਂ ਤੁਹਾਨੂੰ ਬਤਾ ਰਿਹਾ ਸੀ, ਪਹਿਲੇ ਜਿੰਨਾ ਬੈਠਿਆ ਹੀ ਨਹੀਂ ਜਾਂਦਾ ਸੀ ਇਸ ਵਜ੍ਹਾ ਤੋਂ, ਕਿਉਂਕਿ ਜਿੰਨਾ ਸੁਬਹ ਨਾਨਾ ਔਰ ਨਾਨੀ ਔਰ ਜਿੰਨਾ ਆਏ ਹੋਏ ਸੀ। ਅਤੇ ਇਸ ਵਜ੍ਹਾ ਤੋਂ ਅੰਮੀ ਜੀ ਨੇ ਮੇਰੇ ਖਿਆਲ ਹੈ ਜਿੰਨਾ ਨਹੀਂ ਦੱਸਿਆ ਕਿ ਮੈਨੂੰ ਜਿੰਨਾ ਪੇਟ ਇੱਧਰ ਆ ਦੋ ਰਹੀ ਆ, ਵੈਸੇ ਜਿੰਨਾ ਤਬੀਅਤ ਖਰਾਬ ਹੈ, ਕਿਉਂਕਿ ਜਿੰਨਾ ਅਗਰ ਅੰਮੀ ਜੀ ਉਹਨਾਂ ਨੂੰ ਦੱਸਦੀ ਤਾਂ ਫਿਰ ਜਿੰਨਾ ਉਹ ਕਾਫੀ ਪਰੇਸ਼ਾਨ ਹੋ ਜਾਣੇ, ਇੱਥੋਂ ਜਿੰਨਾ ਜਾਂਦੇ ਤਾਂ ਫਿਰ ਜਿੰਨਾ ਘਰ ਜਾ ਕੇ ਉਹਨਾਂ ਜਿੰਨਾ ਅੰਮੀ ਜੀ ਦੇ ਵਾਸਤੇ ਜਿੰਨਾ ਕਾਫੀ ਜ਼ਿਆਦਾ ਪਰੇਸ਼ਾਨ ਹੋਣਾ। ਇਸ ਵਜ੍ਹਾ ਤੋਂ ਮੇਰੇ ਖਿਆਲ ਜਿੰਨਾ ਅੰਮੀ ਜੀ ਨੇ ਗੱਲ ਛੁਪਾਈ ਹੈ ਅਤੇ ਉਹਨਾਂ ਜਿੰਨਾ ਨਹੀਂ ਦੱਸਿਆ। ਅਤੇ ਹੁਣ ਜਿੰਨਾ ਕਿਉਂਕਿ ਕਾਫੀ ਜ਼ਿਆਦਾ ਪੇਟ ਦਰਦ, ਮੈਂ ਇੱਧਰ ਗਿਆ ਨਾ ਤਾਂ ਮੀਜ ਉੱਥੇ ਲੇਟੀਆਂ ਹੋਈਆਂ ਸੀ, ਉਹਨਾਂ ਨੇ ਕਿਹਾ ਕਾਫੀ ਜਿੰਨਾ ਪੇਟ ਦਰਦ ਹੋ ਰਹੀ। ਅਤੇ ਇਸ ਵਜ੍ਹਾ ਮੈਂ ਅੱਬੂ ਜੀ ਹੁਣ ਗਏ ਨੇ ਡਾਕਟਰ ਕੋਲ, ਅਗਰ ਆਉਂਦੇ ਨੇ ਤਾਂ ਫਿਰ ਜਿੰਨਾ ਇਨਸ਼ਾਅੱਲਾ ਸੁਬਹ ਵਾਲੇ ਵਿਲਾਗ ਜਿੰਨਾ ਜੋ ਹੋਇਆ ਤੁਹਾਡੇ ਨਾਲ ਸ਼ੇਅਰ ਕਰਾਂਗੇ। ਅਤੇ ਬਾਕੀ ਇਹ ਵਾਲਾ ਵਿਲਾਗ ਜਿੰਨਾ ਇੱਥੇ ਖਤਮ ਕਰਨੇ ਆਦਿ ਬਹਿਣ ਬਣੇ ਕਲੈਨਾ ਇਜਾਜ਼ਤ, ਖੁਦਾ ਹਾਫਿਜ਼। ਅੰਮੀ ਜੀ ਵਾਸਤੇ ਜਿੰਨਾ ਦੁਆ ਲਾਜ਼ਮੀ ਕਰਿਆ।